सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। पंजाब च जहरीली शराब नाल मरण वालियां दी गिनती 111 तक पहुंच गई है। जहरीली शराब दा मुद्दा बेहद शेजीदा पंजाब दे मुख्यमंत्री कैप्टन अमरिंदर सिंह सख्ती दा दम भर चुके ने ते DGP नु कह दिता है कि जो भी इस केस च मुलजम है उसते कतल दा पर्चा दर्ज होवे। जहरीली शराब कारण सूबे च वापरे दुखांत कारण पुलिस हुण अपनी नक बचाउण लई धड़ाधड़ छापेमारी कर रही है। इस दौरान जिला पुलिस संगरूर ने संगरूर दे वख-वख पिंडां दे विच छापेमारी कीती ते छापेमारी दे दौरान 3 पिंडां नु सील करके 2 दर्जन ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਦੌਰਾਨ ਪੁਲਿਸ ਨੇ ਲਾਨ ਸ਼ਰਾਬ ਦੀਆਂ ਪੱਠੀਆਂ ਅਤੇ ਸ਼ਰਾਬ ਕੱਟਣ ਦਾ ਸਮਾਨ ਵੀ ਬਰਾਮਦ ਕੀਤਾ ਹੈ। ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ, ਤੱਕੀਪੁਰ ਅਤੇ ਟੱਡਰੀਆਂ ਵਿੱਚ ਪੁਲਿਸ ਫੋਰਸ ਨੇ ਇੱਕਦਮ ਦਾਬੀਸ਼ ਦਿੱਤੀ। ਅੱਜ ਜੀ ਪਿੰਡ ਰੱਤੋਕੇ, ਪਿੰਡ ਤੱਕੀਪੁਰ ਅਤੇ ਪਿੰਡ ਟੱਡਰੀਆਂ ਵਿੱਚ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਸੀਗਾ ਜੀ, ਜਿਹਦੇ ਵਿੱਚ ਲੋਕਲ ਥਾਣੇ ਦੀ ਪੁਲਿਸ, ਸਬ ਡਿਵੀਜ਼ਨ ਸੁਨਾਮ ਦੀ ਪੁਲਿਸ ਔਰ ਹੈੱਡਕੁਆਰਟਰ ਤੋਂ ਵੀ ਕੁਛ ਪੁਲਿਸ ਮੰਗਵਾਈ ਗਈ ਸੀ ਜੀ। ਕਾਫੀ ਫੋਰਸ ਦੇ ਨਾਲ 3 ਪਿੰਡਾਂ ਦੇ ਵਿੱਚ ਸਰਚ ਕੀਤੀ ਗਈ ਸੀ ਜੀ। ਤੇ ਉਸ ਤੋਂ ਬਾਅਦ ਕੀ ਕੁਛ ਬਰਾਮਦ ਹੋਇਆ ਜੀ ਉੱਥੋਂ, ਜਿਹੜੇ ਕਹਿ ਰਹੇ ਨੇ ਵੀ 3 ਪਿੰਡ ਬਹੁਤ ਜ਼ਿਆਦਾ ਸ਼ਰਾਬ ਕਰਦੇ ਨੇ? ਹਾਂਜੀ, ਉੱਥੋਂ ਸਾਨੂੰ ਕਾਫੀ ਮਾਤਰਾ ਦੇ ਵਿੱਚ ਸ਼ਰਾਬ ਨਜਾਇਜ਼ ਔਰ ਲਾਹਣ ਤੇ ਕੁਛ ਸ਼ਰਾਬ ਨਜਾਇਜ਼ ਕਸ਼ੀਰ ਕਰਨ ਦਾ ਸਮਾਨ ਬਰਾਮਦ ਹੋਇਆ ਜੀ, ਜਿਹਦੇ ਸੰਬੰਧ ਵਿੱਚ ਵੱਖ ਵੱਖ ਟੀਮਾਂ ਬਣੀਆਂ ਹੋਈਆਂ ਸੀ। ਉਹ ਟੀਮਾਂ ਦੇ IOs ਆਪੋ ਆਪਣੇ ਇਹ ਜੋ ਰਿਕਵਰੀ ਹੋਈ ਆ ਉਹਦੀ ਕਾਨੂੰਨੀ ਕਾਰਵਾਈ ਕਰ ਰਹੇ ਨੇ। ਕਿੰਨੇ ਕੁ ਬੰਦੇ ਰਾਊਂਡ ਅਪ ਕੀਤੇ ਨੇ ਜੀ ਉਸ ਤੋਂ ਬਾਅਦ, ਕਿੰਨੇ ਕੁ ਮਾਮਲੇ ਦਰਜ ਕੀਤੇ ਆ? ਉਹ ਚੱਲ ਰਿਹਾ ਜੀ, ਅਜੇ ਵੀ ਚੱਲ ਰਿਹਾ ਸਰ, ਅਲੱਗ ਅਲੱਗ ਕਾਰਵਾਈ ਹੋ ਰਹੀ ਹੈ ਜੀ ਜੀ। ਵੱਖ ਵੱਖ IO ਕਰ ਰਹੇ ਆ, ਉਹਨਾਂ ਦੀ ਡਿਟੇਲ ਵੀ ਆ ਜਾਣੀ ਹੈ। ਅਤੇ ਸਰ ਇਹ ਪਿੰਡਾਂ ਦੇ ਵਿੱਚ ਪਹਿਲਾਂ ਵੀ ਰੇਡ ਕੀਤੀ ਗਈ ਹੈ, ਜਿਵੇਂ ਹੁਣ ਚਲੋ ਮੌਤਾਂ ਹੋਈਆਂ ਜਿਹੜੇ ਵੀ ਭਾਈ, ਪਹਿਲਾਂ ਇਹ ਕਿਉਂ ਨਹੀਂ ਕੀਤੀ ਗਈ ਇੱਥੇ? ਨਹੀਂ ਜੀ, ਚੱਲ ਰਹੀ ਹੈ ਬਿਲਕੁਲ। ਪਹਿਲਾਂ ਵੀ ਸਾਡੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਦੀ ਜਿਹੜੀ ਹੈਗੀ ਆ ਉਹਦੇ ਮੁਕੱਦਮੇ ਟਾਈਮ ਟੂ ਟਾਈਮ ਦਰਜ ਹੁੰਦੇ ਰਹਿੰਦੇ ਆ। ਅੱਜ ਥੋੜ੍ਹਾ ਜ਼ਿਆਦਾ ਫੋਰਸ ਦੇ ਨਾਲ ਸਪੈਸ਼ਲ ਸਰਚ ਕੀਤੀ ਗਈ। ਸਰ ਜਿਹੜੇ ਇੱਥੇ ਪਿੰਡ ਦੇ ਕੋਈ ਬੰਦੇ ਆਏ ਨੰਬਰਦਾਰ ਵਗੈਰਾ, ਉਹ ਕਹਿੰਦੇ ਵੀ ਨਜਾਇਜ਼ ਮੁੰਡੇ ਨੂੰ ਕਈਆਂ ਨੂੰ ਚੱਕ ਕੇ ਲਿਆਏ ਨੇ ਜਿਨ੍ਹਾਂ ਕੋਲ ਅੱਧੀ? ਨਹੀਂ ਜੀ, ਇਹ 'ਚ ਕੋਈ ਸੱਚਾਈ ਨਹੀਂ। ਜਿਹੜਾ ਬੰਦਾ ਚੋਰ ਆ ਫੜਿਆ ਜਾਂਦਾ ਉਹਨੇ 20 ਬਹਾਨੇ ਲਾਉਣੇ ਹੁੰਦੇ ਆ, ਇਹਨਾਂ ਗੱਲਾਂ 'ਚ ਕੋਈ ਸੱਚਾਈ ਠੀਕ। ਇਹ ਸਵੇਰੇ ਤਕਰੀਬਨ ਇਹਨਾਂ ਨੇ 5:30-6 ਵਜੇ ਮਾਰੀ ਹੈ ਜੀ ਰੇਡ, ਅਤੇ ਬੰਦੇ ਵੀ ਘੱਟ ਤੋਂ ਘੱਟ ਵੀ 60-70 ਸਨ ਸਾਰੇ, ਜਿਵੇਂ ਵੀ ਪੂਰਾ ਛੋਟਾ ਜਿਹਾ ਪਿੰਡ ਵੀ ਸਾਡਾ, ਮਤਲਬ 100 ਕੋ ਘਰ ਹੀ ਹੈ। 100 ਕਿਹੜਾ ਪਿੰਡ? ਤੱਕੀਪੁਰ ਪਿੰਡ ਹੈ, ਮੈਂ ਪਿੰਡ ਦਾ ਨੰਬਰਦਾਰ ਹਾਂ ਨਿਰਮਲ ਸਿੰਘ ਜੀ। ਅਤੇ ਕੋਈ ਵੀ ਮਤਲਬ ਸਾਡੇ ਨਹੀਂ ਪਿੰਡ ਦੇ ਵਿੱਚ ਅਜੇ ਤੱਕ ਵੀ, ਜਿੰਨੇ ਵੀ ਬੰਦੇ ਆਏ ਨੇ ਕਿਸੇ ਦੀ ਕੋਈ ਅੱਗੇ ਇੱਥੇ ਆ ਨਹੀਂ, ਕੋਈ ਕੋਈ ਬਾਹਰ ਨਹੀਂ ਵੇਚਦਾ। ਹੁਣ ਕਿੰਨੇ ਬੰਦੇ ਫੜੇ, ਕੀ ਕੁਛ ਮਿਲਿਆ ਉੱਥੋਂ? ਹੁਣ ਬੰਦੇ 8-10 ਫੜੇ ਗਏ ਜੀ, ਜਿਹਨਾਂ 'ਚੋਂ ਜਾਂਦਾ ਕਿਸੇ ਕੋਲੋਂ ਕੋਈ ਇੱਕ ਅੱਧੀ ਬੋਤਲ ਸ਼ਰਾਬ ਫੜੀਤੀ ਹੈ ਜਾਂ 5-4 ਕਿਲੋ ਕੋਈ ਜਿਹੜਾ ਡਰਮੀਆਂ 'ਚ ਲਾਉਣ ਪਾਇਆ ਉਹ ਫੜੀਤਾ ਜੀ। ਹਾਂਜੀ, ਤੁਹਾਨੂੰ ਕੀ ਲੱਗਦਾ ਹੁਣ ਫਿਰ? ਸਾਨੂੰ ਤਾਂ ਇਹ ਸੀ, ਸਾਡੀ ਤਾਂ ਇਹ ਸੀ ਰਿਕੁਐਸਟ ਵੀ ਕੋਈ ਵੇਚਣ ਵਾਲਾ ਤਾਂ ਸ਼ਰਾਬ ਹੈ ਨਹੀਂ ਜੀ, ਅਤੇ ਜਿਹੜੀ ਗੱਲ ਇੱਕ ਵੀ ਇਹਨਾਂ ਨੂੰ ਕੋਈ ਅੱਗੋਂ ਵਾਸਤੇ ਨਾ ਵੇਚੇ, ਵੀ ਇੱਕ ਇਹਨਾਂ ਨੂੰ ਜਿਵੇਂ ਕੋਈ ਗੱਲ ਕਰਕੇ ਕੋਈ ਕੀਤੀ ਜਾਏ, ਕੋਈ ਇਹੋ ਜਿਹੀ ਤਾਂ ਗੱਲ ਹੈ ਨਹੀਂ ਵੀ ਇਹ ਕੋਈ ਬਲੈਕੀਏ ਹੋਣ ਜਾਂ ਕੋਈ ਵੱਡੇ ਸਮੱਗਲਰ ਹੋਣ ਜਾਂ ਕੋਈ ਕਿਸੇ ਦਾ ਵੀ ਨਹੀਂ ਗਾ। ਜਿਵੇਂ ਬਾਬਾ ਜੀ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ ਉੱਥੇ ਅੰਮ੍ਰਿਤਸਰ ਤਰਨ ਤਾਰਨ, ਫਿਰ ਸਖਤਾਈ ਤਾਂ ਕਰਨੀ ਜ਼ਰੂਰੀ ਬਣਦੀ ਹੈ ਕਿ ਨਹੀਂ? ਨਹੀਂ, ਦੇਖੋ ਸਖਤਾਈ ਤਾਂ ਜ਼ਰੂਰੀ ਕਰਨੀ ਬਿਲਕੁਲ ਬਣਦੀ ਵੀ ਸਾਡੇ ਤਾਂ, ਦੇਖੋ ਤਰਨ ਵਾਲੇ ਤਾਂ ਜਿੰਨੇ ਕੋਈ ਹੈਗੇ ਨੇ ਵਿੱਚ ਅਨਪੜ੍ਹਤਾ ਵੀ ਜ਼ਿਆਦਾ ਵੀ ਅਜੇ ਵੀ ਸਾਡੇ ਹੈਗੀ ਜਿਹੜੀ ਗੱਲ ਹੈ, ਕੋਈ ਸਾਡੇ ਪਿੰਡ ਅਖਬਾਰ ਨਹੀਂ ਜਾਂਦੀ, ਕੋਈ ਹੋਰ ਨਹੀਂ। ਜਿਵੇਂ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਹੈ, ਮਰ ਕੇ ਮੈਨੂੰ ਲੱਗਦੀ ਆਉਂਦਾ ਅਗਲਾ ਇਹ ਆਉਂਦਾ ਰਾਤ ਨੂੰ ਘੁੱਟ ਪੀ ਲਈਏ ਮਾੜੀ ਮੋਟੀ ਜੀ, ਕਿਸੇ ਨੇ 5-4 ਕਿਲੋ ਤੋਂ ਵੱਧ ਕਿਸੇ ਦਾ ਵੀ ਹੈ ਨਹੀਂ ਜਾਂ ਕਿਸੇ ਦੀ ਕੋਈ ਇੱਕ ਬੋਤਲ ਜਾਂ 2 ਬੋਤਲਾਂ 4 ਨੇ ਜਾਂ ਆਹੀ ਗੱਲ ਹੈ ਜੀ। ਹਾਂ, ਜਿਵੇਂ ਚਲਾਉਣ ਵੀ ਹੈਗਾ। ਹਾਂਜੀ ਠੀਕ। ਸੰਗਰੂਰ ਤੋਂ ਬਿਊਰੋ ਰਿਪੋਰਟ NC7 ਨਿਊਜ਼।